ਅਕਸਰ ਸਿਆਸੀ ਆਗੂ ਆਪਣੇ ਬਿਆਨਾਂ ਕਰਕੇ ਆਲੋਚਨਾ ਅਤੇ ਵਿਰੋਧ ਦਾ ਸ਼ਿਕਾਰ ਹੁੰਦੇ ਹਨ ਅਤੇ ਇਸੇ ਲੜੀ ਵਿੱਚ ਫਗਵਾੜਾ ਤੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਵੀ ਕੁੜਿੱਕੀ ਵਿੱਚ ਫਸ ਗਏ। ਨਵਜੋਤ ਸਿੰਘ ਸਿੱਧੂ ਅਤੇ ਪਵਨ ਕੁਮਾਰ ਟੀਨੂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਸੋਮ ਪ੍ਰਕਾਸ਼ ਨੇ ਦਲਿਤਾਂ ਨੂੰ ਵੀ ਅਲੱਗ ਅਲੱਗ ਕੈਟਾਗਰੀਆਂ ਵਿੱਚ ਵੰਡ ਦੇਣ ਵਾਲਾ ਬਿਆਨ ਦਾਗ ਦਿੱਤਾ। ਸੋਮ ਪ੍ਰਕਾਸ਼ ਨੇ ਕਿਹਾ ਕਿ ਦੁਆਬੇ ਦੇ ਦਲਿਤ ਜ਼ਿਆਦਾ ਜਾਗਰੂਕ ਅਤੇ ਪੜ੍ਹੇ ਲਿਖੇ ਹਨ, ਜਦਕਿ ਮਾਝੇ ਅਤੇ ਮਾਲਵੇ ਦੇ ਦਲਿਤ ਕਾਫ਼ੀ ਪਿਛੜੇ ਹੋਏ ਹਨ। ਸਿਰਫ ਇੰਨਾ ਹੀ ਨਹੀਂ, ਜਦੋਂ ਪੱਤਰਕਾਰਾਂ ਨੇ ਸੋਮ ਪ੍ਰਕਾਸ਼ ਨੂੰ ਉਹਨਾਂ ਦੇ ਇਸ ਬਿਆਨ ਬਾਰੇ ਸਵਾਲ ਪੁੱਛੇ ਤਾਂ ਕੁਝ ਇਸ ਤਰ੍ਹਾਂ ਦਾ ਜਵਾਬ ਸੁਣਨ ਨੂੰ ਮਿਲਿਆ। ਮੈਂ ਕਹਿੰਦਾ ਦੁਆਬੇ ਦੇ ਦਲਿਤ ਜਾਗਰੂਕ ਹੈ, ਮੈਂ ਕਹਿੰਦਾ ਪੜ੍ਹੇ ਲਿਖੇ ਨੇ, ਜਾਗਰੂਕ ਨੇ, ਜਵਾਬ ਦੇਣਾ ਜਾਣਦੇ ਨੇ, ਪਾਸੇ ਹਲੇ ਪਿੱਛੇ ਨੇ। ਫਰਕ ਹੈ, ਬਿਲਕੁਲ ਫਰਕ ਹੈ, ਬਿਲਕੁਲ ਫਰਕ ਹੈ। ਮੈਂ ਫਰਕ ਨਹੀਂ ਕਰਦਾ, ਮੈਂ ਜਾਗ੍ਰਿਤੀ ਦੀ ਗੱਲ ਕਰ ਰਿਹਾ। ਹਰਿਆਣੇ ਚੋਦੋਂ ਵੀ ਘੱਟ ਹੈ, ਰਾਜਸਥਾਨ ਚੋਦੋਂ ਵੀ ਘੱਟ ਹੈ। ਭਾਜਪਾ ਵਿਧਾਇਕ ਆਪਣੀ ਗਲਤੀ ਨੂੰ ਸੁਧਾਰਨ ਦੀ ਬਜਾਏ ਬਾਰ ਬਾਰ ਇਹੀ ਕਹਿੰਦੇ ਰਹੇ ਕਿ ਮਾਝੇ ਅਤੇ ਮਾਲਵੇ ਦੇ ਦਲਿਤ ਦੁਆਬੇ ਦੇ ਮੁਕਾਬਲੇ ਪਿਛੜੇ ਹੋਏ ਹਨ। ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਨੂੰ ਘਿਰਿਆ ਦੇਖ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਉੱਥੋਂ ਖਿਸਕ ਜਾਣਾ ਹੀ ਮੁਨਾਸਿਬ ਸਮਝਿਆ।